ਪੱਟ ਤਾਂ ਨਿਸ਼ਾਨ ਸਾਹਿਬ ਜੁੱਤੀਆਂ ਲੈ ਕੇ ਚੜੇ ਰਹੇ ਉੱਪਰ ਟਰੈਕਟਰ ਮਾਰ ਮਾਰ ਕੇ ਭੰਨਤਾ ਥੜਾ ਦੇਖੋ ਜੀ ਵੇਖੋ ਕਿੱਦਾਂ ਸਰਦਾਰ ਵਾਕਰੇ ਪਾਵੇ ਨਿਸ਼ਾਨ ਸਾਹਿਬ ਪੁੱਟਣ ਦੇ ਵੇਖੋ ਅੱਜ ਦਾ ਪੰਜਾਬ ਵੇਖੋ ਜੀ ਵੇਖੋ ਜੀ ਕਿੱਦਾਂ ਨਿਸ਼ਾਨ ਸਾਹਿਬ ਕਰ ਰਹੇ ਨੇ ਸ਼ਰਮਨਾਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਨਿਸ਼ਾਨ ਸਾਹਿਬ ਨੂੰ ਤੋੜਿਆ ਗਿਆ ਹੈ। ਉਹ ਵੀ ਸ਼ਰਾਰਤੀ ਅਨਸਰਾਂ ਦੇ ਵੱਲੋਂ ਟਰੈਕਟਰ ਦੇ ਪਿੱਛੇ ਲੱਗੇ ਹਲ ਦੇ ਨਾਲ ਮਾਰ ਮਾਰ ਕੇ ਪਹਿਲਾਂ ਤਾਂ ਨਿਸ਼ਾਨ ਸਾਹਿਬ ਦਾ ਥੜਾ ਭੰਨਿਆ ਗਿਆ ਤੇ ਫਿਰ ਨਿਸ਼ਾਨ ਸਾਹਿਬ ਦੇ ਉੱਪਰ ਵੀ ਟਰੈਕਟਰ ਚੜਾ ਦਿੱਤਾ ਗਿਆ ਤੇ ਇਸ ਨਿਸ਼ਾਨ ਸਾਹਿਬ ਨੂੰ ਤੋੜ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਜਦੋਂ ਨਿਸ਼ਾਨ ਸਾਹਿਬ ਨੂੰ ਤੋੜਿਆ ਗਿਆ ਤਾਂ ਇਹ ਸ਼ਰਾਰਤੀ ਅਨਸਰ ਜੁੱਤੀਆਂ ਲੈ ਕੇ ਨਿਸ਼ਾਨ ਸਾਹਿਬ ਦੇ ਉੱਤੇ ਚੜੇ ਹੋਏ ਵੀ ਨਜ਼ਰ ਆ ਰਹੇ ਨੇ, ਜੋ ਕਿ ਇਸ ਟਰੈਕਟਰ ਚਾਲਕ ਨੂੰ ਹਿਦਾਇਤਾਂ ਦੇ ਰਹੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਥੜਾ ਤੋੜਨਾ ਹੈ, ਨਿਸ਼ਾਨ ਸਾਹਿਬ ਤੋੜਨਾ ਹੈ। ਕੋਲ ਖੜੇ ਇੱਕ ਸ਼ਖਸ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਜਿਸ ਵਿੱਚ ਸਾਰਾ ਮੰਜ਼ਰ ਰਿਕਾਰਡ ਹੋਇਆ ਹੈ। ਵੀਡੀਓ ਦੇਖੋ, ਇੱਥੇ ਮਨਾਂ ਨੂੰ ਠੇਸ ਪਹੁੰਚੀ ਹੈ ਸਿੱਖ ਜਥੇਬੰਦੀਆਂ ਦੇ, ਨਿਹੰਗ ਜਥੇਬੰਦੀਆਂ ਦੇ, ਜਿਨ੍ਹਾਂ ਨੇ ਵਿਰੋਧ ਵੀ ਕੀਤਾ ਹੈ। ਇਹ ਬੇਹੱਦ ਸ਼ਰਮਨਾਕ ਵੀਡੀਓ ਜਿਸ ਵਿੱਚ ਨਿਸ਼ਾਨ ਸਾਹਿਬ, ਜੋ ਕਿ ਬਾਕਾਇਦਾ ਇੱਕ ਥੜਾ ਸਾਹਿਬ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ, ਤਾਂ ਪਹਿਲਾਂ ਥੜਾ ਭੰਨਿਆ ਜਾਂਦਾ ਹੈ, ਟਰੈਕਟਰ ਦੇ ਪਿੱਛੇ ਲੱਗੇ ਹਲ ਦੇ ਨਾਲ ਬਾਰ ਬਾਰ ਥੜੇ 'ਤੇ ਮਾਰਿਆ ਜਾਂਦਾ ਹੈ ਅਤੇ ਥੜਾ ਜੜੋਂ ਹੀ ਉਖਾੜ ਦਿੱਤਾ ਜਾਂਦਾ ਹੈ ਅਤੇ ਫਿਰ ਨਿਸ਼ਾਨ ਸਾਹਿਬ ਦੇ ਉੱਤੇ ਘੁਮਾ ਕੇ ਟਰੈਕਟਰ ਚੜਾ ਦਿੱਤਾ ਜਾਂਦਾ ਹੈ ਤੇ ਨਿਸ਼ਾਨ ਸਾਹਿਬ ਨੂੰ ਵੀ ਉਖਾੜ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ, ਜਿਸ ਦੌਰਾਨ ਨਿਸ਼ਾਨ ਸਾਹਿਬ ਨੂੰ ਤੋੜਿਆ ਜਾ ਰਿਹਾ ਸੀ, ਬੇਅਦਬੀ ਕੀਤੀ ਜਾ ਰਹੀ ਸੀ, ਤਾਂ ਇਹਨਾਂ ਸ਼ਰਾਰਤੀ ਅਨਸਰਾਂ ਦਾ ਪੂਰਾ ਜ਼ੋਰ ਲੱਗ ਗਿਆ ਹੈ। ਇਹ ਸ਼ਰਾਰਤੀ ਅਨਸਰ ਨਿਸ਼ਾਨ ਸਾਹਿਬ ਨੂੰ ਲਾਉਂਦੇ ਲਾਉਂਦੇ ਬੋਲੇ ਸੋਨੇ ਹਾਲ ਦੇ ਜੈਕਾਰੇ ਵੀ ਛੱਡਦੇ ਰਹੇ ਨੇ। ਤਸਵੀਰਾਂ ਦੇਖੋ ਕਿ ਟਰੈਕਟਰ ਦੇ ਨਾਲ ਜਦੋਂ ਨਿਸ਼ਾਨ ਸਾਹਿਬ ਨੂੰ ਹੇਠਾਂ ਸੁੱਟ ਦਿੱਤਾ ਜਾਂਦਾ ਹੈ, ਤਾਂ ਫਿਰ ਇਹ ਸ਼ਰਾਰਤੀ ਅਨਸਰ ਜੋ ਨੇ ਨਿਸ਼ਾਨ ਸਾਹਿਬ ਨੂੰ ਖਾੜਨ ਦੀ ਕੋਸ਼ਿਸ਼ ਕਰਦੇ ਨੇ, ਜਿਹਦੇ ਵਿੱਚ ਇਹਨਾਂ ਦਾ ਕਾਫੀ ਜ਼ੋਰ ਲੱਗਦਾ ਹੈ ਅਤੇ ਇਸ ਦੌਰਾਨ ਜ਼ੋਰ ਲਾਉਂਦੇ ਹੋਏ ਬੋਲੇ ਸੋਨਿਹਾਲ ਦੇ ਜੈਕਾਰੇ ਲਾਉਂਦੇ ਰਹਿੰਦੇ ਨੇ ਅਤੇ ਨਾਲ ਨਿਸ਼ਾਨ ਸਾਹਿਬ ਨੂੰ ਉਖਾੜਦੇ ਨਜ਼ਰ ਆਉਂਦੇ ਨੇ। ਤਸਵੀਰਾਂ ਦੇਖੋ, ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਤਸਵੀਰਾਂ ਨੇ ਕਿ ਕਿੱਦਾਂ ਬੜੀ ਬੇਰਹਿਮੀ ਦੇ ਨਾਲ ਨਿਸ਼ਾਨ ਸਾਹਿਬ ਦਾ ਪਹਿਲਾਂ ਥੜਾ ਭੰਨਿਆ ਗਿਆ ਹੈ, ਟਰੈਕਟਰ ਦੇ ਪਿੱਛੇ ਲੱਗੇ ਹਲ ਨੂੰ ਬਾਰ ਬਾਰ ਥੜੇ 'ਤੇ ਮਾਰਿਆ ਗਿਆ ਹੈ, ਫਿਰ ਇਹੀ ਟਰੈਕਟਰ ਘੁਮਾ ਕੇ ਨਿਸ਼ਾਨ ਸਾਹਿਬ ਦੇ ਉੱਤੇ ਚੜਾ ਦਿੱਤਾ ਜਾਂਦਾ ਹੈ, ਨਿਸ਼ਾਨ ਸਾਹਿਬ ਨੂੰ ਹੇਠਾਂ ਸੁੱਟਿਆ ਜਾਂਦਾ ਹੈ, ਬੜੀ ਹੀ ਜ਼ੋਰ ਅਜ਼ਮਾਇਸ਼ ਦੇ ਨਾਲ ਨਿਸ਼ਾਨ ਸਾਹਿਬ ਵੀ ਉਖਾੜ ਦਿੱਤਾ ਜਾਂਦਾ ਹੈ।
ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇਹ ਵੀਡੀਓ ਗੁਰੂ ਕੀ ਵਡਾਲੀ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ, ਜਿੱਥੇ ਇਹ ਕਾਰਪੋਰੇਸ਼ਨ ਦੀ ਜ਼ਮੀਨ ਦੱਸੀ ਜਾ ਰਹੀ ਹੈ। ਐਸਸੀ ਸਮਾਜ ਦੇ ਹਿੱਸੇ ਆਉਂਦੀ ਸੀ ਤੇ ਇੱਥੇ ਇਹ ਗੁਰਦੁਆਰਾ ਸਾਹਿਬ ਬਣ ਰਿਹਾ ਸੀ, ਜਿੱਥੇ ਨਿਸ਼ਾਨ ਸਾਹਿਬ ਪਹਿਲਾਂ ਹੀ ਸਥਾਪਿਤ ਕੀਤਾ ਗਿਆ ਸੀ, ਤਾਂ ਹੁਣ ਇੱਥੇ ਇਹਨਾਂ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਸ ਨਿਸ਼ਾਨ ਸਾਹਿਬ ਨੂੰ ਹੀ ਜੜੋਂ ਉਖਾੜ ਦਿੱਤਾ ਗਿਆ ਹੈ। ਇਸ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਤੇ ਇੱਥੇ ਨਿਹੰਗ ਜਥੇਬੰਦੀਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਗੱਲਬਾਤ ਕੀਤੀ ਜਾ ਸਕਦੀ ਸੀ, ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਤੋਂ ਪਹਿਲਾਂ ਇੱਕ ਵਾਰ ਨਿਹੰਗ ਜਥੇਬੰਦੀਆਂ ਨਾਲ ਗੱਲ ਕਰ ਲੈਂਦੇ ਜਾਂ ਕੋਈ ਹੱਲ ਕੱਢ ਲੈਂਦੇ, ਜ਼ਮੀਨ ਦੇ ਕਾਗਜ਼ਾਂ ਦਿਖਾ ਲੈਂਦੇ ਤਾਂ ਫਿਰ ਕੋਈ ਕਾਰਵਾਈ ਵੀ ਹੁੰਦੀ। ਪਰ ਬਿਨਾਂ ਦੱਸੇ, ਬਿਨਾਂ ਕੋਈ ਗੱਲ ਕੀਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨਾ, ਨਿਸ਼ਾਨ ਸਾਹਿਬ ਨੂੰ ਤੋੜਨਾ ਨਿਹੰਗ ਜਥੇਬੰਦੀਆਂ ਦੇ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਹ ਸਾਫ ਲਫ਼ਜ਼ਾਂ ਦੇ ਵਿੱਚ ਕਿਹਾ ਗਿਆ ਹੈ। ਦੱਸ ਦਈਏ ਕਿ ਹੁਣ ਇਸ ਮਾਮਲੇ ਦੇ ਵਿੱਚ FIR ਵੀ ਦਰਜ ਹੋ ਚੁੱਕੀ ਹੈ ਤੇ ਪੁਲਿਸ ਵੀ ਕਾਰਵਾਈ ਦੀ ਗੱਲ ਆਖਰੀ ਹੈ, ਜਦਕਿ ਨਿਹੰਗ ਜਥੇਬੰਦੀਆਂ ਦੇ ਵੱਲੋਂ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਵਾਹਿਗੁਰੂ ਜੀ ਕੀ ਫਤਿਹ। ਆਪ ਸਿੱਖ ਸੰਗਤ ਸਾਰੀ ਹੀ ਜਾਣਦੇ ਹੋ ਕਿ ਜੋ ਕਿ ਪਿੰਡ ਵਡਾਲੀ ਦੇ ਵਿੱਚ ਇੰਦਰਾ ਕਲੋਨੀ ਦੇ ਵਿੱਚ ਜੋ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਲਾਏ ਸੀ ਅਤੇ ਕੁਝ ਸ਼ਰਾਰਤੀ ਅਨਸਰ ਜਿਨ੍ਹਾਂ ਦੀ ਧੌਣ ਦੇ ਵਿੱਚ ਕਿੱਲਾ ਜੱਟ ਪੁਣੇ ਦਾ, ਅਤੇ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਇਹ ਵੀ ਨਹੀਂ ਵੇਖਿਆ ਵੀ ਇਹ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਆ, ਜੇ ਕੋਈ ਗੱਲ ਹੈਗੀ ਸੀ ਸਾਡੇ ਨਾਲ ਬੈਠ ਕੇ ਕਰ ਲੈਂਦੇ। ਅਸੀਂ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਦੇ ਸਿੰਘ ਹਾਂ, ਬਾਬਾ ਮੇਜਰ ਸਿੰਘ ਸੋਢੀ ਦੀਆਂ ਫੌਜਾਂ, ਕਿਉਂਕਿ ਇਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨੇ ਨਿਸ਼ਾਨ ਸਾਹਿਬ ਲਵਾਇਆ ਸੀ। ਜੇ ਕੋਈ ਗੱਲ ਹੈਗੀ ਸੀ ਸਾਡੇ ਨਾਲ ਇਹ ਗੱਲ ਕਰਦੇ, ਜਾਂ ਇਹਨਾਂ ਦਾ ਕੋਈ ਜੇ ਕੋਈ ਥਾਂ ਸੀ ਉਹ ਥਾਂ ਕਾਗਜ਼ ਪੱਤਰ ਲੈ ਕੇ ਥਾਣੇ ਆਉਂਦੇ। ਇਹਨਾਂ ਨੇ ਕੋਈ ਵੀ ਮਤਲਬ ਜਿਹੜੀ ਆ ਥਾਣੇ 'ਚ ਕਾਰਵਾਈ ਨਹੀਂ ਕਰਵਾਈ। ਇਹਨਾਂ ਨੇ ਇੱਕ ਆਪਣਾ ਹੰਘੜੂਪਣਾ ਦਿਖਾ ਲਿਆ ਵੀ ਇੱਥੋਂ ਜਿਹੜਾ ਵਾ ਨਿਸ਼ਾਨ ਸਾਹਿਬ ਜਿਹੜਾ ਵਾ ਉੱਤੇ ਚੜ੍ਹ ਚੜ੍ਹ ਕੇ ਇਹ ਚੜ੍ਹੇ ਆ ਨਿਸ਼ਾਨ ਸਾਹਿਬ ਦੇ। ਅਸੀਂ ਵੀਡੀਓ ਵੇਖੀ ਆ, ਜੇ ਕੋਈ ਇਹਨੂੰ ਭੁਲੇਖਾ ਹੋਵੇ ਤਾਂ ਸਾਡੇ ਕੋਲ ਵੀਡੀਓ ਵੇਖ ਸਕਦਾ। ਅਤੇ ਪਰ ਜਿਹੜਾ ਇਹਨਾਂ ਨੇ ਕੰਮ ਕੀਤਾ ਬਹੁਤ ਜ਼ਿਆਦਾ ਗਲਤ ਕੀਤਾ ਵਾ, ਅਤੇ ਜੇ ਇਹਨਾਂ ਦੇ ਵਿੱਚ ਕੋਈ ਵਿਉਂ ਹੈਗਾ ਤਾਂ ਉਹ ਵੀ ਸਾਨੂੰ ਦੱਸ ਸਕਦਾ ਵੀ ਸਾਡੇ ਵਿੱਚ ਕੋਈ ਵਿਉਂ ਆ, ਅਤੇ ਉਹੀ ਤੁਹਾਡੇ ਨਾਲ ਵੇਖਣਾ। ਜੇ ਕੋਈ ਵੇਖਣਾ ਵੀ ਚਾਹੁੰਦੇ ਤਾਂ ਸਿੱਧਾ ਸਾਡੇ ਨਾਲ ਵੇਖੋ, ਠੀਕ ਆ। ਚੇਤਾਵਨੀ ਜੇ ਤੁਹਾਨੂੰ ਮੇਰੇ ਵੱਲੋਂ, ਮੇਰਾ ਨਾਂ ਜਹੇਦਾਰ ਹਰਜਿੰਦਰ ਸਿੰਘ ਜੇ, ਮੇਰਾ ਨੰਬਰ ਵੀ ਹੈਗਾ ਜੀ 9150 ਅਤੇ 9942। ਜੇ ਕੋਈ ਵਿਉਂ ਤਾਂ ਕੱਢ ਲਿਓ, ਠੀਕ ਆ। ਅਤੇ ਬਾਕੀ ਤੁਹਾਨੂੰ ਇੱਕ ਗੱਲ ਦੱਸਦੀ, ਜਿਹੜੇ ਤੁਸੀਂ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਆ ਇਹ ਅਸੀਂ ਕਾਨੂੰਨੀ ਕਾਰਵਾਈ ਕਰਵਾਵਾਂਗੇ, ਅਤੇ ਅਸੀਂ ਚੱਲੇ ਮੁਲਾਜ਼ਮਾਂ ਦੇ ਕੋਲ ਅਤੇ ਉਹ ਤੁਹਾਨੂੰ ਹੁਣੇ ਚੁੱਕਣਗੇ। ਵਾਹਿਗੁਰੂ ਜੀ ਕਾ ਖਾਲਸਾ।